ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਂ ਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਇਸ ਸਲੋਕ ਵਿੱਚ ਭਗਤ ਕਬੀਰ ਜੀ ਨੇ ਮਾਲਾ ਦਾ ਖੰਡਨ ਕੀਤਾ ਹੈ। ਜਿਹੜੇ ਵੀਰ ਭੈਣਾਂ ਮਾਲਾ ਨਾਲ ਗਿਣਤੀ ਮਿਣਤੀ ਦਾ ਜਾਪ ਕਰਦੇ ਹਨ, ਉਹ ਇਸ ਵਿਚਾਰ ਨੂੰ ਠੀਕ ਢੰਗ ਨਾਲ ਸੁਣਨ, ਸਮਝਣ ਅਤੇ ਚੱਲਣ ਦੀ ਕੋਸ਼ਿਸ਼ ਕਰਨ। ਕਬੀਰ ਜੀ ਕਹਿੰਦੇ ਨੇ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਜੋ ਰਸਨਾ ਦੇ ਉੱਪਰ ਪਰਮਾਤਮਾ ਦਾ ਨਾਮ ਹੈ, ਜੋ ਮੈਂ ਰਮੇ ਹੋਏ ਰਾਮ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਰਸਨਾ ਨਾਲ ਜਪਦਾ ਹਾਂ, ਮੇਰੇ ਕੋਲ ਇਹੀ ਸਿਮਰਨੀ ਹੈ, ਇਹੀ ਮਾਲਾ ਹੈ। ਆਦਿ ਜੁਗਾਦੀ ਸਗਲ ਭਗਤ ਤਾਕੋ ਸੁਖ ਬਿਸਰਾਮ। ਪਹਿਲਾਂ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਭਗਤ ਹੋਏ ਹਨ, ਉਹਨਾਂ ਨੂੰ ਇਸ ਮਾਲਾ ਦਾ ਸਦਕਾ ਹੀ, ਅਰਥਾਤ ਰਸਨਾ ਨਾਲ ਨਾਮ ਜਪਣ ਦਾ ਸਦਕਾ ਹੀ ਸੁੱਖ ਆਰਾਮ ਮਿਲਿਆ ਹੈ। ਰਸਨਾ ਨਾਲ ਨਾਮ ਜਪਣ ਦੀ ਹਦਾਇਤ ਗੁਰਬਾਣੀ ਵਿੱਚ ਬਹੁਤ ਥਾਵੇਂ ਸਾਨੂੰ ਮਿਲੇਗੀ। ਗੁਰੂ ਜੀ ਕਹਿੰਦੇ ਨੇ, ਰਸਨਾ ਜਪੀਐ ਏਕ ਨਾਮ, ਇਹਾਂ ਸੁਖ ਆਨੰਦ ਗਾਣਾ ਆਗੈ ਜੀ ਕਹਿ ਸੰਗ ਕਾਮ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕੰਠ ਵਿੱਚ ਭਾਵ ਕੇ ਚੁੱਪ ਕਰਕੇ ਪਰਮਾਤਮਾ ਨੂੰ ਯਾਦ ਕਰਨਾ ਵੀ ਇੱਕ ਮਾਲਾ ਦੱਸਦੇ ਨੇ, ਕਿਉਂਕਿ ਰਸਨਾ ਨਾਲ ਤਾਂ ਅਸੀਂ ਬੋਲ ਕੇ ਕਰਾਂਗੇ, ਲੇਕਿਨ ਕੰਠ ਵਿੱਚ ਬੋਲਾਂਗੇ ਨਹੀਂ, ਸਾਡੇ ਕੰਠ ਵਿੱਚ ਹੀ ਪਰਮਾਤਮਾ ਦੇ ਨਾਮ ਦੀ ਯਾਦ ਚੱਲੇਗੀ, ਮਾਲਾ ਚੱਲੇਗੀ। ਗੁਰੂ ਜੀ ਕਹਿੰਦੇ ਨੇ, ਕੰਠ ਰਮਣੀ ਰਾਮ ਰਾਮ ਮਾਲਾ, ਹਸਤ ਊਚ ਪ੍ਰੇਮ ਧਾਰਣੀ। ਸ਼ਾਸਤਰਾਂ ਅਨੁਸਾਰ ਇੱਕ ਗੋਮੁਖੀ ਹੁੰਦੀ ਹੈ, ਗਊ ਦੇ ਮੂੰਹ ਦੀ ਵਰਗੀ ਥੈਲੀ, ਉਹਦੇ ਵਿੱਚ ਸਾਡੇ ਕਈ ਹਿੰਦੂ ਵੀਰ ਮਾਲਾ ਰੱਖ ਕੇ ਛੁਪਾ ਕੇ ਫੇਰਦੇ ਹਨ ਅਤੇ ਉਸ ਥੈਲੀ ਨੂੰ ਉੱਪਰ ਚੁੱਕ ਕੇ ਰੱਖਦੇ ਨੇ, ਧਰਤੀ ਨਾਲ ਨਹੀਂ ਲਾਉਂਦੇ, ਛਾਤੀ ਨਾਲ ਲਾ ਕੇ ਰੱਖਦੇ ਨੇ, ਇਸ ਕਰਕੇ ਉਸਨੂੰ ਹਸਤ ਊਚ ਕਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਕੰਠ ਰਮਣੀ ਰਾਮ ਰਾਮ ਮਾਲਾ, ਮੇਰੇ ਕੰਠ ਵਿੱਚ ਜੋ ਪਰਮਾਤਮਾ ਦਾ ਨਾਮ ਚੱਲ ਰਿਹਾ ਹੈ, ਨਾਮ ਦੀ ਮਾਲਾ ਮੇਰੇ ਕੰਠ ਵਿੱਚ ਹੀ ਜੋ ਚੱਲ ਰਹੀ ਹੈ, ਬਸ ਇਹੀ ਮੇਰੇ ਕੋਲ ਮਾਲਾ ਹੈ। ਹਸਤੂ ਚ ਪ੍ਰੇਮ ਧਾਰਣੀ, ਜੋ ਮੈਂ ਪਰਮਾਤਮਾ ਦਾ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੈ, ਮੇਰੇ ਕੋਲ ਇਹੀ ਹਸਤੂ ਚ ਹੈ, ਇਹੀ ਗੋਮੁਖੀ ਹੈ। ਨਾ ਮੈਂ ਉਹ ਬਾਹਰਲੀ ਮਾਲਾ ਵਰਤਦਾ ਹਾਂ ਅਤੇ ਨਾ ਮੈਂ ਬਾਹਰਲੀ ਉਹ ਹਸਤੂ ਚ ਉਹ ਗੋਮੁਖੀ ਵਰਤਦਾ ਹਾਂ। ਜੀ ਭਣਜੋ ਉੱਤਮ ਸਲੋਕ, ਮੈਂ ਆਪਣੀ ਜੀਭਾਂ ਨਾਲ ਗੁਰੂ ਦੀ ਬਾਣੀ ਪੜ੍ਹਦਾ ਹਾਂ। ਉੱਤਮ ਸਲੋਕ, ਉੱਤਮ ਸਲੋਕ ਕੀ ਹੈ? ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਹੀ ਰਤਨ। ਗੁਰੂ ਦੀ ਬਾਣੀ ਹੀ ਉੱਤਮ ਸਲੋਕ ਹੈ। ਮੈਂ ਜੀਭਾਂ ਨਾਲ ਗੁਰੂ ਦੀ ਬਾਣੀ ਪੜ੍ਹਦਾ ਹਾਂ, ਇਸ ਤਰ੍ਹਾਂ ਕੀਤਿਆਂ ਮੈਨੂੰ ਕੀ ਲਾਭ ਹੋਇਆ? ਉਦਾਹਰਣ ਨੈਣ ਨੰਦਨੀ, ਜੋ ਨੈਣ ਨੰਦਨੀ ਮਾਇਆ ਹੈ, ਉਹਦੇ ਤੋਂ ਮੇਰਾ ਛੁਟਕਾਰਾ ਹੋ ਗਿਆ ਹੈ। ਇਸ ਸਲੋਕ ਵਿੱਚ ਗੁਰੂ ਜੀ ਨੇ ਸਾਨੂੰ ਸਮਝਾ ਦਿੱਤਾ ਕਿ ਕੰਠ ਨਾਲ ਪਰਮਾਤਮਾ ਨੂੰ ਯਾਦ ਕਰਨਾ ਵੀ ਇੱਕ ਮਾਲਾ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ, ਰਮ ਰਾਮ ਰਾਮ ਮਾਲ, ਮਨ ਫੇਰ ਅਤੇ ਹਰ ਸੰਗ ਸੰਗੀਆਂ। ਜਦੋਂ ਅਸੀਂ ਮਨ ਵਿੱਚ, ਅੰਦਰ ਵਿਚਾਰਾਂ ਵਿੱਚ, ਆਪਣੇ ਹਿਰਦੇ ਵਿੱਚ, ਆਪਣੀ ਸੋਚ ਵਿੱਚ, ਆਪਣੀ ਸੁਰਤ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹਾਂ, ਬਸ ਇਹ ਵੀ ਇੱਕ ਮਾਲਾ ਹੈ। ਇਸ ਤਰ੍ਹਾਂ ਜੀਭਾਂ ਨਾਲ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਅਸੀਂ ਸਿਮਰਨ ਕਰਦੇ ਹਾਂ, ਉਹ ਇੱਕ ਮਾਲਾ ਹੈ। ਜਦੋਂ ਕੰਠ ਨਾਲ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹ ਵੀ ਇੱਕ ਮਾਲਾ ਹੈ। ਜਦੋਂ ਮਨ ਵਿੱਚ, ਹਿਰਦੇ ਵਿੱਚ ਹੀ ਅਸੀਂ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹ ਵੀ ਇੱਕ ਮਾਲਾ ਹੈ। ਸਾਨੂੰ ਇਹ ਬਾਹਰਲੀ ਮਾਲਾ ਵਰਤਣ ਦੀ ਕੋਈ ਲੋੜ ਨਹੀਂ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਕ ਪੂਰਾ ਸ਼ਬਦ ਮਾਲਾ ਦੇ ਸੰਬੰਧ ਵਿੱਚ ਹੀ ਉਚਾਰਨ ਕੀਤਾ ਹੈ। ਆਸਾ ਮਹੱਲਾ ਪੰਜਵਾਂ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਪੈ ਦੀਨ ਦਿਆਲਾ। ਕਰੋ ਬੇਨਤੀ ਸਤਿਗੁਰ ਆਪਣੇ, ਕਰ ਕਿਰਪਾ ਰੱਖੋ ਸਰਣਾਈ, ਮੋਕੋ ਦੇਹੋ ਹਰੇ ਹਰ ਜਪਨੀ ਰਹਾਓ। ਹਰ ਮਾਲਾ ਉਰ ਅੰਤਰ ਧਾਰੈ, ਜਨਮ ਮਰਨ ਤਾਕਾ ਦੁੱਖ ਨਿਵਾਰੈ। ਹਿਰਦੈ ਸੰਭਾਲੈ ਮੁਖ ਹਰ ਹਰ ਬੋਲੈ, ਸੋ ਜਨ ਇਹ ਤੁਤ ਕਦੇ ਨਾ ਡੋਲੈ। ਕਹੋ ਨਾਨਕ ਜੋ ਰਾਚੈ ਨਾਏ, ਹਰ ਮਾਲਾ ਤਾਕੈ ਸੰਘ ਜਾਏ। ਜਿਹੜੀ ਮਾਲਾ ਸਾਨੂੰ ਗੁਰੂ ਜੀ ਸਮਝਾ ਰਹੇ ਹਨ, ਇਹ ਸਾਡੇ ਨਾਲ ਜਾਵੇਗੀ। ਜਿਹੜੀ ਮਾਲਾ ਅਸੀਂ ਵਰਤਦੇ ਨਾ ਦੁਕਾਨ ਤੋਂ ਲੈ ਕੇ, ਖਰੀਦ ਕੇ ਪੈਸਿਆਂ ਦੀ, ਉਹ ਸਾਡੇ ਨਾਲ ਨਹੀਂ ਜਾਣੀ, ਉਹ ਇੱਥੇ ਹੀ ਰਹਿ ਜਾਣੀ ਹੈ। ਇਸ ਲਈ ਗਿਣਤੀ ਮਿਣਤੀ ਦੇ ਜਾਪ ਨੂੰ ਗੁਰਮਤਿ ਵਿੱਚ ਕੋਈ ਥਾਂ ਨਹੀਂ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਨੇ, ਗਣਤੈ ਸੇਵ ਨਾ ਹੋਵੇ, ਗਣਤੈ ਗਿਣਤੀ ਮਿਣਤੀ ਵਾਲੀ, ਗਣਤੈ ਸੇਵ ਨਾ ਹੋਵੇ, ਕੀਤਾ ਥਾਏ ਨਾ ਪਾਏ, ਸ਼ਬਦੈ ਸਾਧ ਨਾ ਆਇਓ, ਸੱਚ ਨਾ ਲੱਗੋ ਭਾਓ, ਸਤਿਗੁਰ ਪਿਆਰਾ ਨਾ ਲੱਗੇ, ਮਨ ਹਠਾਵੇ ਜਾਏ। ਇਹ ਤਾਂ ਮਨ ਹਠ ਹੈ। ਮੈਂ ਇੰਨੀਆਂ ਮਾਲਾ ਮੂਲ ਮੰਤਰ ਦੀਆਂ ਕਰ ਲਈਆਂ, ਮੈਂ ਇੰਨੇ ਜਾਪ ਵਾਹਿਗੁਰੂ ਗੁਰਮੰਤਰ ਦੀਆਂ ਮਾਲਾ ਕਰ ਲਈਆਂ, ਮੈਂ ਇੰਨੇ ਦਿਨ ਕਰ ਲਿਆ। ਇਹ ਜਿਹੜੀ ਗਿਣਤੀ ਮਿਣਤੀ ਸਾਨੂੰ ਗੁਰੂ ਤੋਂ, ਗੁਰਮਤਿ ਸਿਧਾਂਤ ਤੋਂ ਦੂਰ ਲਿਆਏਗੀ, ਸਾਨੂੰ ਪਰਮਾਤਮਾ ਤੋਂ ਵੀ ਦੂਰ ਲਿਆਏਗੀ, ਔਰ ਸਾਡੇ ਅੰਦਰ ਪਿਆਰ ਦੀ ਥਾਂ ਨਫ਼ਰਤ ਅਤੇ ਈਰਖਾ ਪੈਦਾ ਕਰੇਗੀ ਕਿ ਮੈਂ ਇੰਨੇ ਮਾਲਾ ਮੂਲ ਮੰਤਰ ਦੀਆਂ ਕਰਦਾ, ਇੰਨੀਆਂ ਗੁਰਮੰਤਰ ਦੀਆਂ ਕਰਦਾ, ਜਾਂ ਮੈਂ ਇੰਨੇ ਪਾਠ ਕਰਦਾ, ਆ ਕਰਦੇ ਨਹੀਂ, ਇਹ ਮੇਰੇ ਤੋਂ ਘੱਟ ਕਰਦੇ ਨੇ। ਸਗੋਂ ਹੰਕਾਰ ਪੈਦਾ ਹੋਏਗਾ, ਹੰਕਾਰ ਸਾਨੂੰ ਪਰਮਾਤਮਾ ਤੋਂ ਦੂਰ ਕਰੇਗਾ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਹਨ ਕਿ ਇੱਕ ਜੇ ਇੱਕ ਵਿਖ ਅਗਾਂਹ ਭਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ।
ਜੇ ਤੂੰ ਇੱਕ ਕਦਮ ਰੂਹਾਨੀਅਤ ਦੀ ਜ਼ਿੰਦਗੀ ਵਿੱਚ, ਅਧਿਆਤਮ ਦੀ ਜ਼ਿੰਦਗੀ ਵਿੱਚ ਅਗਾਂਹ ਭਰੇਗਾ ਨਾ ਮਾਲਾ ਨਾਲ, ਤੂੰ 10 ਕਦਮ ਪਿਛਾਂ ਚਲਾ ਜਾਏਗਾ। ਸਗੋਂ ਤੇਰੇ ਅੰਦਰ ਈਰਖਾ ਅਤੇ ਨਫ਼ਰਤ ਪੈਦਾ ਹੋਏਗੀ। ਸੋ ਗੁਰੂ ਕੀ ਸਾਧ ਸੰਗਤ ਜੀ, ਅਸੀਂ ਅੱਜ ਦੀ ਵਿਚਾਰ ਤੋਂ ਸਿੱਖਣਾ ਹੈ ਕਿ ਗਿਣਤੀ ਮਿਣਤੀ ਦਾ ਜਾਪ ਨਹੀਂ ਕਰਨਾ। ਇੱਥੇ ਤਾਂ ਪ੍ਰੇਮ ਦੀਆਂ ਬਾਤਾਂ ਹੈ। ਸਾਚ ਕਹੋ ਸੁਣ ਲਿਓ ਸਭੈ ਜਨ, ਪ੍ਰੇਮ ਕਿਉਂ ਤੇ ਨਹੀਂ ਪ੍ਰਪਾਇਓ। ਪ੍ਰੇਮ ਨਾਲ ਹੀ ਰਸਨਾ ਤੂੰ ਉਸ ਪਰਮਾਤਮਾ ਨੂੰ ਯਾਦ ਕਰਨਾ, ਪ੍ਰੇਮ ਨਾਲ ਹੀ ਕੰਠ ਤੂੰ ਉਸ ਨੂੰ ਯਾਦ ਕਰਨਾ, ਪ੍ਰੇਮ ਨਾਲ ਹੀ ਆਪਣੇ ਹਿਰਦੇ ਵਿੱਚ ਯਾਦ ਕਰਨਾ। ਇਹੀ ਸੱਚੀ ਮਾਲਾ ਸਾਡੇ ਨਾਲ ਨਿਭੇਗੀ। ਅਸੀਂ ਗਿਣਤੀਆਂ ਮਿਣਤੀਆਂ ਤੋਂ ਖਹਿੜਾ ਛਡਾਉਣਾ ਹੈ, ਗੁਰਬਾਣੀ ਅਨੁਸਾਰ ਪਰਮਾਤਮਾ ਦਾ ਨਾਮ ਜਪ ਕੇ ਅਸੀਂ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।